ਐਕਟਿੰਗ ਦਾ ਸ਼ੌਕ ਕਾਫੀ ਲੋਕਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਕਾਫੀ ਲੋਕ ਆਪਣੇ ਐਕਟਿੰਗ ਦੇ ਸ਼ੌਕ ਨੂੰ ਪੂਰਾ ਕਰ ਲੈਂਦੇ ਹਨ, ਪਰ ਕਾਫੀ ਲੋਕ ਕਿਸੇ ਨਾ ਕਿਸੇ ਮਜਬੂਰੀ ਦੇ ਕਾਰਨ ਆਪਣੇ ਉਸ ਸ਼ੌਕ ਨੂੰ ਪੂਰਾ ਨਹੀਂ ਕਰ ਪਾਉਂਦੇ। ਪਰ ਇਹ ਸ਼ੌਕ ਵਿਅਕਤੀ ਤੋਂ ਕੀ ਕਰਵਾ ਦਿੰਦਾ ਹੈ, ਇਸ ਦਾ ਅਸੀਂ ਅੰਦਾਜ਼ਾ ਨਹੀਂ ਲਗਾ ਸਕਦੇ। ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਸਰਹੰਦ ਦੇ ਰਹਿਣ ਵਾਲੇ ਇੱਕ ਵਿਅਕਤੀ ਦਾ ਐਕਟਿੰਗ ਦੇ ਸ਼ੌਕ ਨੂੰ ਪੂਰਾ ਕਰਨ ਦੇ ਲਈ ਸਰਹੰਦ ਦੀ ਨਵੀਂ ਆਬਾਦੀ ਇਲਾਕੇ ਦਾ ਰਹਿਣ ਵਾਲਾ 9ਵੀਂ ਜਮਾਤ ਦਾ ਵਿਦਿਆਰਥੀ ਘਰੋਂ ਭੱਜ ਕੇ ਦਿੱਲੀ ਪੁੱਜ ਗਿਆ, ਜਿਸ ਨੂੰ ਪੁਲਿਸ ਨੇ ਉੱਥੇ ਤੋਂ ਬਰਾਮਦ ਕਰਕੇ ਪਰਿਵਾਰ ਵਾਲਿਆਂ ਦੇ ਹਵਾਲੇ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ DSP ਮਨਜੀਤ ਸਿੰਘ ਨੇ ਆਖਿਰ ਕੀ ਦੱਸਿਆ ਹੈ, ਆਉਥੋਂ ਦਿਖਾਣਿਆ। ਸਾਡੇ ਇੱਥੇ ਸਰਹੰਦ ਮੰਡੀ ਦਾ ਬੱਚਾ ਸੀਗਾ, ਗੁੰਮ ਹੋ ਗਿਆ ਸੀਗਾ, ਤੇ ਜਿਹੜਾ ਕਿ ਅਸੀਂ ਲੱਭ ਕੇ ਉਹਨੇ ਵਾਰਸਾਂ ਦੇ ਹਵਾਲੇ ਕੀਤਾ ਹੈਗਾ। ਅੱਜ ਕਿੰਨੇ ਕੁ ਸਾਲ ਦਾ ਬੱਚਾ ਸੀ? 14 ਸਾਲ ਦਾ ਸੀਗਾ, 9ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀਗਾ। ਅਤੇ ਕਿੱਥੋਂ ਰਿਕਵਰ ਕੀਤਾ ਇਹਨੂੰ? ਇਹ ਮੈਂ ਐਕਚੁਲੀ ਦਿੱਲੀ ਚਲ ਗਿਆ ਸੀਗਾ ਇਹ, ਅਤੇ ਉੱਥੋਂ ਇਹਨੂੰ ਟਰੇਸ ਕਰਕੇ ਵਾਪਸ ਵਾਰਸਾਂ ਦੇ ਹਵਾਲੇ ਕੀਤਾ ਹੈ। ਅਤੇ ਕਾਰਨ ਪਤਾ ਲੱਗਿਆ, ਕੀ ਕਾਰਨ ਕੀ ਸੀਗਾ? ਇਹ ਐਕਚੁਲੀ ਐਕਟਿੰਗ ਦਾ ਸ਼ੌਂਕ ਰੱਖਦਾ ਹੈਗਾ, ਐਕਟਿੰਗ ਦੇ ਚੱਕਰ ਦੇ ਵਿੱਚ ਹੀ ਅਤੇ ਦਿੱਲੀ ਕੋਲ ਆਡੀਸ਼ਨ ਸੀਗਾ ਉਹਦੇ ਕਰਕੇ ਅਤੇ ਚਲ ਗਿਆ ਸੀਗਾ। ਲਾਟਰੀ ਦਾ ਸਹੀ ਨੰਬਰ ਕੀ, ਤੁਹਾਨੂੰ ਨੌਕਰੀ ਨਹੀਂ ਮਿਲ ਰਹੀ ਕੀ, ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ ਕੀ, ਤੁਸੀਂ ਵਿਦੇਸ਼ ਵਿੱਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ, ਘਰ ਬੈਠੇ ਬਿਠਾ ਹੀ ਕੀਤਾ ਜਾਵੇਗਾ ਤੁਹਾਡੀਆਂ ਸਮੱਸਿਆਵਾਂ ਦਾ ਸਮਾਧਾਨ। ਫੇਸ ਕੰਮ ਹੋਣ ਤੋਂ ਬਾਅਦ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਐਸਟ੍ਰੋਲੋਜਰ ਰੋਹਿਤ ਜੋਸ਼ੀ ਜੋ ਕਰਦੇ ਨੇ ਫ੍ਰੀ ਸੇਵਾ ਫ੍ਰੀ ਸਮਾਧਾਨ। 99968 26004।